ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਅੱਜ ਜਿਹੜਾ ਪ੍ਰੋਟੈਸਟ ਹੈ ਯੂਰੇ ਕਾਫੀ ਕੱਟ ਕੀਤਾ ਹੋਇਆ ਕੀ ਮੰਗਣੀ ਹੈ ਆਪਣੀ ਦੇਖੋ ਪੰਜਾਬ ਸਰਕਾਰ ਨੇ ਜੋ ਦਲਿਤ ਸਮਾਜ ਨਾਲ ਗਰੀਬ ਸਮਾਜ ਦਿਹਾੜੀਦਾਰ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਕਿ ਤੁਹਾਨੂੰ ਅਸੀਂ ਪੰਜ ਪੰਜ ਮਰਲੇ ਦੇ ਪਲਾਟ ਦਵਾਂਗੇ ਕੱਚੇ ਘਰਾਂ ਦੇ ਪੈਸੇ ਦਵਾਂਗੇ ਤੁਹਾਡਾ ਕਰਜ਼ਾ ਮਾਫ ਕਰਾਂਗੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਂਗੇ ਨਰੇਗਾ ਵਰਕਰਾਂ ਨੂੰ ਕੰਮ ਦਵਾਂਗੇ ਲੇਕਿਨ ਪੰਜਾਬ ਸਰਕਾਰ ਹਰ ਵਾਅਦੇ ਤੋਂ ਭੱਜੀ ਹੈ ਮੁੱਕਰੀ ਹੈ ਅੱਜ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਅੱਜ ਪੂਰੇ ਦਲਿਤ ਸਮਾਜ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲੋਕਾਂ 'ਚ ਰੋਸ ਹੈ ਕਿਉਂਕਿ ਜੋ ਉਹਨਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲਈਆਂ ਹੁਣ ਦਲਿਤ ਸਮਾਜ ਜਾ ਕੇ ਇਸ ਦਾ ਜਵਾਬ ਲਊਗਾ ਕਿ ਸਾਡੇ ਤੋਂ ਜੋ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ ਹੈ ਉਸ ਦਾ ਜਵਾਬ ਇਹ ਦਲਿਤ ਸਮਾਜ ਦੇਣ ਆਇਆ ਨਹੀਂ ਹੁਣ ਇਸ ਤੋਂ ਬਾਅਦ ਕੀ ਪ੍ਰੋਗਰਾਮ ਹੈ ਤੁਹਾਡਾ ਇੱਥੋਂ ਅਸੀਂ ਪੈਦਲ ਮਾਰਚ ਕਰਕੇ ਸੀਐਮ ਮਹਿਲ ਵੱਲ ਜਾਵਾਂਗੇ ਸਾਡਾ ਰੋਸ ਪ੍ਰਦਰਸ਼ਨ ਹੈ ਬਾਜ਼ਾਰ ਦੇ ਵਿੱਚ ਹੋ ਕੇ ਜਦੋਂ ਤੱਕ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਫਿਕਸ ਨਹੀਂ ਹੁੰਦੀ ਅਸੀਂ ਬਹੁਤ ਵੱਡੇ ਪੱਧਰ 'ਤੇ ਇਸ ਪ੍ਰੋਗਰਾਮ ਨੂੰ ਲੈ ਕੇ ਜਾਵਾਂਗੇ ਹੁਣ ਦਲਿਤ ਸਮਾਜ ਪੂਰੇ ਪੰਜਾਬ 'ਚ ਜਾ ਕੇ ਆਪਣੇ ਹੱਕ ਪ੍ਰਤੀ ਲੈਣ ਲਈ ਤਿਆਰ ਹੈ ਲਾਮਬੰਦ ਹੋ ਕੇ ਅਸੀਂ ਆਪਣੇ ਮੁੱਦੇ ਹੱਲ ਕਰਾਵਾਂਗੇ।